ਅਸਲਾਮ ਵਾਲੇਕਮ ਜੀ, ਬਰਿਆਮ ਵਿਲੇ ਸੀਕਰੇਟ ਦੀ ਤਰਫੋਂ ਤੁਹਾਡੀ ਖਿਦਮਤ ਹਾਜ਼ਰ ਹਾਂ। ਅਤੇ ਅੱਜ ਦੇ ਵਲਾਗ ਦੇ ਵਿੱਚ ਅਸੀਂ ਤੁਹਾਡੇ ਨਾਲ ਮੈਨਸ਼ਨ ਕਰਨਾ ਗੰਦ ਵਾਸਤੇ ਜਿਹੜੀ ਸਪਰੇਅ ਮਾਰਦੇ ਨੇ ਮੂੰਜੀ 'ਚ, ਅਤੇ ਉਹ ਤੁਹਾਨੂੰ ਦੱਸਾਂਗੇ ਕਿਹੜੀ ਮਾਰਨੀ ਹੈ ਅਤੇ ਕਿਹੜਾ ਤਰੀਕਾ ਮਾਰਨ ਦਾ, ਤੁਹਾਡੇ ਨਾਲ ਮੈਨਸ਼ਨ ਕਰਾਂਗੇ। ਦੱਸਿਆ ਸਾਹਿਬ, ਇਹ ਕੀ ਫੜਿਆ ਤਾ ਜਹਾਜ਼ 'ਚ? ਇਹ ਭਾਜੀ ਦਵਾਈ ਆ। ਕਾਹਦੀ? ਇਹ ਭਾਜੀ ਘਾਹ ਮਾਰਦੀ ਆ ਇਹਦੇ ਵਿੱਚੋਂ, ਕੀ ਉਹਦਾ ਨਾਂ ਆ, ਝੋਨੇ ਵਿੱਚੋਂ ਡਬਲ ਸਟਾਰ। ਹਾਂਜੀ, 30%। ਕਿਹੜਾ ਕਿਹੜਾ ਘਾਹ ਮਾਰਦੀ ਹੈ ਇਹਨੇ ਜੀ? ਖੱਬਲ ਘਾਹ ਮਾਰ ਦੇਣਾ, ਡੀਲਾ ਮਾਰ ਦੇਣਾ। ਅੱਛਾ, ਅਤੇ ਘੋੜਾ ਘਾਹ ਜਿਹੜਾ ਜਿਹਨੂੰ ਆਉਂਦੇ ਘੋੜਾ ਘਾਹ, ਉਹ ਵੀ ਖਤਮ ਹੋ ਜਾਣਾ। ਅੱਛਾ, ਸਪਰੇਅ ਜਦੋਂ ਵੱਜਦੀ ਆ ਉਦੋਂ ਪਾਣੀ ਵਿੱਚ ਹੋਣਾ ਚਾਹੀਦਾ ਮੂੰਜੀ ਦੇ ਕੇ? ਕੋਈ ਨਾ, ਸੁੱਕੇ ਸੁੱਕੇ ਜੀ ਮਾਰ ਲਈਦੀ ਆ। ਇੰਝ ਵੀ ਵੱਜ ਜਾਂਦੀ? ਹਾਂਜੀ, ਸੁੱਕੇ ਜੀ ਮਾਰ ਲਈਦੀ, ਪਾਣੀ 'ਚ ਵੀ ਮਾਰ ਲਈਦੀ ਆ। ਯਾਨੀ ਕਿ ਇਹਦਾ ਮਕਸਦ ਇਹ ਹੀ ਆ ਵੀ ਗੰਦ ਗੁੰਦ ਮੁਕਾਉਣਾ? ਹਾਂਜੀ, ਗੰਦ ਗੁੰਦ ਖਤਮ ਕਰ ਦੇਣਾ, ਡੀਲਾ ਡੂਲਾ ਖਤਮ ਕਰ ਦੇਣਾ, ਖੱਬਲ ਘਾਹ ਇਹਨੇ ਖਤਮ ਕਰ ਦੇਣਾ। ਅਤੇ ਬਿਲਕੁਲ ਪੈਲੀ ਸਾਫ਼। ਅਤੇ ਝੋਨਾ ਲਾਉਣ ਤੋਂ ਕਿੰਨੇ ਦਿਨਾਂ ਬਾਅਦ ਇਹ ਕਰਨੀ ਚਾਹੀਦੀ? ਤਕਰੀਬਨ ਦੋ ਹਫ਼ਤਿਆਂ ਬਾਅਦ, ਯਾਨੀ ਕਿ 15 ਦਿਨਾਂ ਬਾਅਦ। 15 ਦਿਨਾਂ ਬਾਅਦ ਜਿਹੜਾ ਇਹਨੂੰ ਕਰ ਦੇਣਾ। ਚਲੋ ਜੀ, ਸਾਡੇ ਵੀਵਰਾਂ ਨੂੰ ਜ਼ਰਾ ਹੁਣ ਘੋਲ ਕੇ ਦਿਖਾਓ ਕਿੰਨਾ ਪਾਣੀ ਪਾਉਣਾ ਅਤੇ ਕਿਸ ਤਰ੍ਹਾਂ ਪਾਉਣਾ ਹੈ, ਅਤੇ ਇਹ ਸਾਰਾ ਨਿਜ਼ਾਮ ਦਿਖਾਓ ਜੀ। ਡੱਬਾ ਅਸੀਂ ਬਣਾਇਆ, ਡੱਬੇ ਪਾਣੇ ਨੇ ਆਹ ਵਿੱਚ, ਚਾਰ ਡੱਬੇ ਪਾਣੇ ਨੇ। ਮਤਲਬ ਕਿ ਚਾਰ ਡੱਬਿਆਂ ਦਾ ਮਤਲਬ ਕਿ ਚਾਰ ਟੈਂਕੀਆਂ ਕਰ ਲੈਣੀਆਂ ਨੇ ਕਿੱਲੇ ਦੀਆਂ। ਠੀਕ ਹੈ, ਕਿੱਲੇ ਦੀਆਂ ਚਾਰ ਟੈਂਕੀਆਂ ਕਰ ਲੈਣੀਆਂ ਨੇ। ਅਤੇ ਟੈਂਕੀ ਫੁੱਲ ਭਰਦੇ ਹੋ? ਹਾਂਜੀ, ਫੁੱਲ। ਠੀਕ ਹੋ ਗਿਆ। ਇਹ ਸਾਰੀ ਦਵਾਈ ਪਾ ਦੇਣੀ ਹੁਣ? ਹਾਂਜੀ, ਪਹਿਲੇ ਆਹ ਪਾਣੀ ਹੈ ਸ਼ੀਸ਼ੀ ਵਾਲੀ, ਜ਼ਹਿਰ ਆਏ। ਹਾਂਜੀ, ਬੜਾ ਖਤਰਨਾਕ ਜ਼ਹਿਰ ਜੀ। ਇੰਨੇ ਪਾਣੀ ਦੀ ਮਕਦਾਰ 'ਚ ਹੈ ਇੱਕ ਸ਼ੀਸ਼ੀ ਪਾਣੀ, ਅਤੇ ਇਹ ਕੀ ਚੀਜ਼ ਹੈ ਜੀ? ਇਹ ਪਾਊਡਰ ਆ ਜੀ। ਪਾਊਡਰ ਕਾਹਦਾ? ਪਾਊਡਰ ਜੀ, ਪਾਊਡਰ ਦਵਾਈ ਆ ਬੜੀ ਕਮਾਲ ਦੀ। ਮੂੰਹ ਨਾਲ ਨਾ ਖੋਲੋ, ਦਾਤਰੀਆਂ ਨਹੀਂ ਬੋਲੋ। ਇਹ ਘਾਹ ਗੰਦ ਵਗੈਰਾ ਮਾਰਦੀ ਹੈ? ਡੀਲਾ ਡੂਲਾ ਇਹਨੇ ਖਤਮ ਕਰ ਦੇਣਾ, ਖੱਬਲ ਘਾਹ, ਘੋੜਾ ਘਾਹ ਜਿਹਨੂੰ ਕਹਿੰਦੇ ਨੇ, ਉਹ ਵੀ ਖਤਮ ਕਰ ਦੇਣਾ। ਠੀਕ ਹੈ। ਵੈਸੇ ਅਮੂਮਨ ਇਹਤਿਆਤਾਂ ਨੇ ਇਹਨੂੰ ਮਾਰਨ ਲੱਗਿਆ ਮਾਸਕ ਲਾਇਆ ਹੋਣਾ ਚਾਹੀਦਾ, ਕੀ ਖਿਆਲ ਹੈ? ਪਰਨਾ ਅਸੀਂ ਰੱਖਿਆ, ਪਰਨਾ ਲਪੇਟ ਨਹੀਂ ਰਹੇ ਕਿਉਂਕਿ ਇਹਦੇ ਬੜੇ ਖਤਰਨਾਕ ਅਸਰਾਤ ਨੇ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ। ਹਾਂਜੀ, ਦਵਾਈ ਰੈਡੀ ਹੈ ਜੀ? ਰੈਡੀ ਹੈ ਜੀ ਦਵਾਈ। ਹੁਣ ਮਸ਼ੀਨ ਦੇ ਵਿੱਚ ਪਾਓ ਅਤੇ ਸਾਡੇ ਵੀਵਰਾਂ ਨੂੰ ਦਿਖਾਓ ਕਿ ਮਸ਼ੀਨ ਕਿੰਝ ਚੱਲਣੀ ਹੈ ਅਤੇ ਕਿੰਨੀ ਕੁ ਮਸ਼ੀਨ ਦੇ ਵਿੱਚ ਪਾਣੀ ਹੈ। ਇੱਕ ਵਾਰ ਦਿਖਾ, ਇਹਦੇ 'ਚ ਪਾਣੀ ਵੀ ਹੁਣ ਐਡ ਕਰਨਾ ਲੈਦਾ? ਅੱਛਾ ਜੀ, ਕਿੰਨਾ ਕੁ ਪਾਣੀ ਪਾਓਗੇ ਇਹਦੇ? ਪਾਣੀ ਤਕਰੀਬਨ ਪਾ ਲੈਣਾ ਵਿੱਚ, ਹਾਂ ਫੁੱਲ ਕਰ ਲੈਣੀ ਹੈ ਪਾਣੀ ਨਾਲ ਹੀ। ਹਾਂਜੀ, ਦਵਾਈ ਥੋੜ੍ਹੀ ਪੈਣੀ, ਇੱਕ ਡੱਬਾ ਪੈਣੀ ਹੈ, ਇੱਕ ਡੱਬਾ ਪਾਣੀ ਨੇ ਚਾਰ ਟੈਂਕੀਆਂ ਕਰਨੀਆਂ ਨੇ ਕਿੱਲੇ 'ਚ। ਠੀਕ ਹੋ ਗਿਆ। ਯਾਨੀ ਕਿ ਇੱਕ ਕਿੱਲੇ ਦੇ ਵਿੱਚ ਚਾਰ ਟੈਂਕੀਆਂ ਇੰਨੀ ਦਵਾਈ 'ਚ, ਇੱਕ ਡੱਬਾ ਜਿਹੜਾ ਨਾ ਵੀਵਰ, ਇਹ ਡੱਬਾ ਜਿਹੜਾ
ਇਹਦੇ 'ਚ ਜਿਹੜਾ ਪਾਊਡਰ ਦੀ ਜਿਹੜੀ ਪੁੜੀ ਸੀ ਉਹ, ਅਤੇ ਇੱਕ ਦਵਾਈ ਦੀ ਸ਼ੀਸ਼ੀ। ਇਹਨੂੰ 4 ਟੈਂਕੀਆਂ ਲਾਉਣੀਆਂ ਨੇ 1 ਕਿੱਲੇ ਦੇ ਵਿੱਚ, ਜੈਸਾ ਕਿ ਅਸੀਂ ਤੁਹਾਡੇ ਸਾਹਮਣੇ ਮੈਨਸ਼ਨ ਕੀਤਾ। ਇਹ ਅਸੀਂ ਜਿਹੜੀ ਹੈ ਨਾ ਟੈਂਕੀ ਭਰ ਵੀ ਰਹੇ ਹਾਂ। ਇਹ ਜਾਲੀ ਕਚਰਾ ਕੁਚਰਾ ਵਾਸਤੇ ਹੈ। ਹਾਂਜੀ। ਅਤੇ ਪਾਣੀ ਹਜੇ ਹੋਇਆ ਨਹੀਂ? ਹੋ ਗਿਆ ਤਕਰੀਬਨ, ਥੋੜ੍ਹਾ ਰਹਿ ਗਿਆ। ਥੋੜ੍ਹਾ ਹੀ ਰਹਿ ਗਿਆ, ਛੁੱਟੋ ਇਹ ਪਾਉਣ ਦਾ। ਚਲੋ ਜੀ, ਹੁਣ ਇਹ ਇੱਕ ਡੱਬਾ ਪਾਉਣਾ, ਇੱਕ ਡੱਬਾ ਦਵਾਈ ਦਾ ਪਾਉਣਾ ਜੀ। ਟੇੜਾ ਹੀ ਉਹਨੂੰ ਸਿੱਧਾ ਕਰ ਲਓ ਜੀ। ਇਹ ਟੁੰਨ ਹੋ ਗਿਆ ਜੀ, ਟੈਂਕੀ ਟੁੰਨ ਹੋ ਗਈ ਹੈ। ਅੱਛਾ ਜੀ, ਇਹ ਤਿਆਰ ਹੈ ਜੀ। ਯਾਨੀ ਕਿ ਕਿੱਲੇ 'ਚ 4 ਟੈਂਕੀਆਂ ਹੋਣੀਆਂ ਚਾਹੀਦੀਆਂ? ਹਾਂਜੀ, ਕਿੱਲੇ 'ਚ 4 ਟੈਂਕੀਆਂ ਲਾਉਣੀਆਂ ਜੀ। ਸਹੀ ਹੈ, ਇਹਨੂੰ ਚਲਾ ਕੇ ਵੀ ਦੱਸੋ ਕਿ ਚੱਲਣੀ ਹੈ। ਲਓ ਜੀ, ਚਲਾ ਕੇ ਦੱਸ ਦਿੰਦੇ। ਇਹ ਕਿੰਨਾ ਕੁ ਵਜ਼ਨ ਬਣ ਜਾਂਦਾ ਜੀ? ਵਜ਼ਨ ਤਕਰੀਬਨ ਕੁ ਬਣ ਜਾਂਦਾ 30 ਕਿਲੋ। 30 ਕਿਲੋ ਕਾਫੀ ਵਜ਼ਨ ਹੈ ਜੀ। ਪੈਰੋਂ ਪੈਰ ਫਿਰ ਜਦੋਂ ਇਹ ਘਟਦੀ ਜਾਂਦੀ ਹੈ, ਹਰ ਵਜ਼ਨ ਘਟਦਾ ਜਾਂਦਾ। ਸਹੀ ਹੈ, ਔਖੀ ਗੱਲ ਹੈ ਜੀ, ਬੜੀ ਮਿਹਨਤ ਦਾ ਕੰਮ ਹੈ ਜੀ। ਬਟਨ ਹੈ ਇਹਦਾ ਕੋਈ? ਲਓ ਜੀ, ਇਹ ਬਟਨ ਹੈ। ਬਟਨ ਆਨ ਕਰ ਦੇਣਾ ਤਾਂ ਚੱਲਣ ਲੱਗ ਪੈਣਾ ਹੈ। ਰੈਡ ਬਟਨ, ਹਰਾ ਬਟਨ। ਤੇ ਇਹ ਘਾਹ ਨੂੰ ਵੱਜਿਆ ਵੀ ਘਾਹ ਸੜ ਜਾਣਾ ਹੈ। ਹੁਣ ਇਸ ਕਿੱਲੇ 'ਚ ਬਣਨਾ ਹੈ? ਕਿੱਲੇ 'ਚ ਲਓ ਜੀ, ਅਸੀਂ ਤੁਹਾਨੂੰ ਹੁਣ ਦਿਖਾਉਣ ਲੱਗੇ ਹਾਂ ਸਪਰੇ ਵੱਜਦੇ ਹਾਂ। ਗੰਦ ਗੁੰਦ ਜਿਹੜਾ ਮੂੰਜੀ 'ਚ ਹੁੰਦਾ ਵਾ, ਐਕਸਟਰਾ ਘਾਹ ਉਹ ਗੰਦ ਹੈ, ਫਿਰ ਫਸਲ ਦੀ ਤਾਕਤ ਨੂੰ ਉਹ ਖਤਮ ਕਰਦਾ, ਉਹਦੀ ਵਜ੍ਹਾ ਨਾਲ ਗੰਦ ਦੀ ਸਪਰੇ ਮਾਰ ਦਿੰਦੇ ਕਿ ਐਕਸਟਰਾ ਜਿਹੜਾ ਕੋਈ ਡੀਲਾ ਜਾਂ ਖੱਬਲ ਘਾਹ ਆ ਉਹ ਮਰ ਜਾਵੇ ਅਤੇ ਕੋਈ ਚੀਜ਼ ਮੂੰਜੀ ਤੋਂ ਇਲਾਵਾ ਨਾ ਹੋਏ। ਅਤੇ ਉਹਦਾ ਤਰੀਕਾਕਾਰ, ਉਹਦਾ ਘੋਲਣ ਦਾ ਅਤੇ ਉਹ ਸਾਰਾ ਮੈਨਸ਼ਨ ਅਸੀਂ ਤੁਹਾਡੇ ਨਾਲ ਕੀਤਾ। ਤੁਸੀਂ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਕਿਉਂਕਿ ਜਿਹੜੇ ਕਿਸਾਨ ਭਰਾ ਨੇ ਉਹ, ਉਹਨਾਂ ਨੂੰ ਮਦਦ ਮਿਲਦੀ ਆ। ਕਈਆਂ ਨੂੰ, ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਸਪਰੇ ਦਾ ਤਰੀਕਾਕਾਰ ਕਿ ਸਪਰੇ ਕਿੰਝ ਮਾਰਨੀ ਹੈ। 1 ਕਿੱਲੇ 'ਚ 4 ਟੈਂਕੀਆਂ ਕਰਨੀਆਂ ਨੇ, ਠੀਕ ਹੈ? ਅਤੇ ਡੱਬਾ ਵੀ ਤੁਸੀਂ ਵੇਖਿਆ, ਜਿਹੜਾ ਡੱਬਾ 1 ਪਾਇਆ ਅਸੀਂ 1 ਟੈਂਕੀ 'ਚ, ਅਤੇ ਉਹ ਵੀ ਸਾਰਾ ਸਿਸਟਮ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ। ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰਿਓ। ਅਤੇ ਹੁਣ ਅਸੀਂ ਮਾਰ ਕੇ ਦੱਸਣ ਲੱਗੇ ਹਾਂ ਤੁਹਾਨੂੰ, ਸਪਰੇ ਟੈਂਕੀ ਪਾ ਲਈ ਹੈ ਲੱਕ 'ਚ, ਅਤੇ ਹੁਣ ਇਹ ਵੜ ਗਏ ਅਸੀਂ ਕਿੱਲੇ 'ਚ। ਇਹ ਦੇਖੋ, ਲਓ ਜੀ, ਮੂੰਜੀ ਨੂੰ ਸਪਰੇ ਵੱਜ ਰਹੀ ਹੈ, ਜੈਸਾ ਕਿ ਤੁਹਾਡੇ ਨਾਲ ਅਸੀਂ ਮੈਨਸ਼ਨ ਕਰ ਰਹੇ ਹਾਂ ਅੱਜ, ਕਿ ਸਪਰੇ ਮਾਰਨ ਦਾ ਤਰੀਕਾ, ਕਿੰਨੀ ਦੇਰ ਬਾਅਦ ਮਾਰਨੀ ਹੈ ਅਤੇ ਕਿਹੜਾ ਤਰੀਕਾ ਹੈ। ਅਤੇ ਟੈਂਕੀ ਦਾ ਵੀ ਤੁਸੀਂ ਸਿੱਖ ਲਿਆ ਹੋਏਗਾ ਕਿ ਟੈਂਕੀ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਬਟਨ ਵੀ ਤੁਹਾਨੂੰ ਪਤਾ ਲੱਗ ਗਿਆ ਕਿੱਥੋਂ ਦਬਾਉਣਾ, ਅਤੇ ਕਿੰਨਾ ਕਿੰਨਾ ਪਾਣੀ ਪੈਣਾ ਦਵਾਈ 'ਚ, ਅਤੇ ਦਵਾਈ ਕਿਹੜੀ ਹੈ ਉਹ ਵੀ ਦੱਸ ਦਿੱਤੀ ਹੈ। ਅਤੇ ਐਗਰੀਕਲਚਰ ਵਾਸਤੇ ਬਹੁਤ ਬਿਹਤਰੀਨ ਆਈਡੀਆ, ਬਹੁਤ ਬਿਹਤਰੀਨ ਟਿਪਸ ਹੈ।
ਹੈ ਜੀ ਪੰਜਾਬ ਅਤੇ ਹਰੀਆਂ ਭਰੀਆਂ ਫਸਲਾਂ ਅਤੇ ਹਰ ਪਾਸੇ ਹਰਿਆਲੀ, ਜਿੱਥੋਂ ਤੱਕ ਕੈਮਰਾ ਸਾਡਾ ਦਿਖਾ ਰਿਹਾ ਤੁਹਾਨੂੰ ਹਰਿਆਲੀ ਹੀ ਹਰਿਆਲੀ ਹੈ। ਅਤੇ ਅੱਜ ਅਸੀਂ ਤੁਹਾਡੇ ਨਾਲ ਮੈਨਸ਼ਨ ਕਰਨ ਡੇ ਹਾਂ ਜੀ ਸਪਰੇ ਕਿਸ ਤਰ੍ਹਾਂ ਵੱਜਦੀ ਹੈ, ਅਤੇ ਕੋਸ਼ਿਸ਼ ਕਰਨੇ ਹਾਂ ਕਿ ਹਰ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰੀਏ ਜਿਹੜੀ ਕੁਝ ਕਿਸੇ ਦੇ ਫਾਇਦੇ ਵਾਸਤੇ ਹੋਏ। ਅਤੇ ਵੈਸੇ ਵੀ ਅਸੀਂ ਡੇਲੀ ਰੂਟੀਨ ਦੇ ਮੁਤਾਬਕ ਜਿਹੜੀ ਚੀਜ਼ ਸਾਡੇ ਸਾਹਮਣੇ ਮੱਦੇਨਜ਼ਰ ਹੋਣੀ ਆ, ਅਸੀਂ ਤੁਹਾਨੂੰ ਆਪਣੇ ਵੀ ਕੋਸ਼ਿਸ਼ ਕਰਨੀ ਆ ਆਪਣੇ ਵੀਵਰਾਂ ਨੂੰ ਦਿਖਾਈਏ। ਅਤੇ ਉਮੀਦ ਆ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ, ਵੀਡੀਓ ਅੱਛੀ ਲੱਗੀ ਹੈ ਤਾਂ ਅੱਗੇ ਸ਼ੇਅਰ ਕਰਿਓ, ਅਤੇ ਜਿਹੜੇ ਨਵੇਂ ਨੇ ਸਾਡੇ ਚੈਨਲ 'ਤੇ ਉਹ ਕਰ ਲੈਣ ਸਬਸਕ੍ਰਾਈਬ, ਬੈੱਲ ਆਈਕਨ ਦਬਾ ਲਿਓ, ਅਤੇ ਇਹੋ ਜਿਹੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ। ਅਤੇ ਸਾਨੂੰ ਦਿਓ ਜੀ ਅਗਲੀ ਵੀਡੀਓ ਵਾਸਤੇ ਇਜਾਜ਼ਤ, ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।